ਗਿਆਨੀ ਗੁਰਮੁਖ ਸਿੰਘ ਜੀ ਜੋ ਹੈੱਡ ਗ੍ਰੰਥੀ ਨੇ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਦੇ ਛੋਟੇ ਭਾਈ ਹਿੰਮਤ ਸਿੰਘ ਦਾ, ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਉਹ ਜੋ ਬਿਆਨਬਾਜ਼ੀ ਕਰ ਰਿਹਾ ਬਹੁਤ ਬੇਤੁਕੀ ਬਿਆਨਬਾਜ਼ੀ ਸ਼ਖਸ ਨੇ ਹਿੰਮਤ ਸਿੰਘ ਨੇ, ਜੋ ਇਹ ਆਪਣਾ ਉਦੋਂ ਜਦੋਂ ਅਸੀਂ ਗਏ ਚੰਡੀਗੜ੍ਹ ਉੱਥੇ ਲਾ ਕੇ ਬਹਿ ਕੇ ਫੋਟੋ ਖਿੱਚ ਲਈ, ਉਹ ਫੋਟੋ ਦੇ ਆਧਾਰ ਦੇ ਉੱਤੇ ਹੀ ਬਸ ਉਹ ਸਾਰਾ ਰੌਲਾ ਪਾਈ ਜਾਂਦਾ, ਜਿਹਦੇ ਵਿੱਚ ਕੋਈ ਸੱਚਾਈ ਨਹੀਂ, ਇਹ ਸਾਰਾ ਬਿਲਕੁਲ ਝੂਠ ਹੈ ਅਤੇ ਇਹ ਸਾਰਾ ਮਤਲਬ ਜਿਹੜਾ ਚਿੱਕੜ ਸੁੱਟਦਾ ਪਿਆ। ਮੈਨੂੰ ਮੈਂ ਤਾਂ ਬਹੁਤ ਸ਼ਰਮਸਾਰ ਹਾਂ ਇਹੋ ਜਿਹੇ ਆਦਮੀ ਤੋਂ। ਬਰਗਾੜੀ ਮਾਮਲੇ ਦੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਮੁੱਖ ਗਵਾਹੀ ਤੋਂ ਮੁਕਰਨ ਵਾਲੇ ਭਾਈ ਹਿੰਮਤ ਸਿੰਘ ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਕਿਉਂਕਿ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦੋਸ਼ ਲਗਾਏ ਸਨ ਕਿ ਉਹਨਾਂ 'ਤੇ ਸਿਆਸੀ ਦਬਾਅ ਬਣਾ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਗਵਾਹੀ ਦਵਾਈ ਹੈ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅਸਲ ਵਿੱਚ ਭਾਈ ਹਿੰਮਤ ਸਿੰਘ ਦੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕਦੋਂ ਹੋਈ ਸੀ ਅਤੇ ਕਿਸ ਦੇ ਜ਼ਰੀਏ ਹੋਈ ਸੀ। ਇਹ ਗੱਲ ਉਸ ਵੇਲੇ ਦੀ ਹੈ ਜਦੋਂ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੱਲੋਂ ਰਾਮਦੇਵ ਦੀ ਮਾਫ਼ੀ ਦਾ ਖੁਲਾਸਾ ਕਰਨ 'ਤੇ SGPC ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਸੀ। ਪਰਿਵਾਰ 'ਤੇ ਕਈ ਤਰ੍ਹਾਂ ਦੇ ਕਸ਼ਟਾਂ ਦੇ ਨਾਲ ਨਾਲ ਉਹਨਾਂ ਨੂੰ ਆਰਥਿਕ ਸੰਕਟ ਵੀ ਆ ਗਿਆ ਸੀ। ਭਾਈ ਗੁਰਮੁਖ ਸਿੰਘ ਦੇ ਛੋਟੇ ਭਰਾ ਹਿੰਮਤ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਮਪੁਰਾ 'ਚ ਰਹਿਣ ਵਾਲੇ ਰੁਪਿੰਦਰ ਸਿੰਘ ਕੋਲੋਂ ਆਰਥਿਕ ਮਦਦ ਮੰਗੀ ਅਤੇ ਕਿਸੇ ਨੌਕਰੀ ਵਾਸਤੇ ਵੀ ਵਾਸਤਾ ਪਾਇਆ। ਰੁਪਿੰਦਰ ਸਿੰਘ ਸ਼ਾਮਪੁਰਾ ਉਹੀ ਸ਼ਖਸ ਹਨ ਜਿਨ੍ਹਾਂ ਨੇ ਪਹਿਲੀ ਵਾਰ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕਰਵਾਈ। ਪੰਜਾਬ ਟੂਡੇ ਨਾਲ ਗੱਲਬਾਤ ਕਰਦੇ ਹੋਏ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਹੈ ਕਿ ਹਿੰਮਤ ਸਿੰਘ ਵੱਲੋਂ ਜੋ ਤਸਵੀਰ ਜਾਰੀ ਕੀਤੀ ਗਈ ਹੈ ਉਹ ਉਸ ਵੇਲੇ ਦੀ ਹੈ ਜਦੋਂ ਪਹਿਲੀ ਵਾਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਹਿੰਮਤ ਸਿੰਘ ਦੀ ਮੁਲਾਕਾਤ ਕਰਾਉਣ ਲਈ ਲੈ ਕੇ ਗਏ ਸਨ। ਰੁਪਿੰਦਰ ਸਿੰਘ ਸ਼ਾਮਪੁਰਾ ਨੇ ਦੋਸ਼ ਲਗਾਇਆ ਹੈ ਕਿ ਹੁਣ ਹਿੰਮਤ ਸਿੰਘ ਉਹੀ ਤਸਵੀਰ ਦਿਖਾ ਕੇ ਸੁਖਜਿੰਦਰ ਸਿੰਘ ਰੰਧਾਵਾ ਉੱਪਰ ਝੂਠੇ ਦੋਸ਼ ਲਗਾ ਰਿਹਾ ਹੈ। ਪੰਜਾਬ ਟੂਡੇ ਨਾਲ ਖਾਸ ਗੱਲਬਾਤ ਕਰਦੇ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਇਹ ਵੀ ਕਿਹਾ ਹੈ ਕਿ ਅੱਜ ਉਹ ਕਾਫੀ ਸ਼ਰਮਸਾਰ ਹਨ ਕਿ ਉਹਨਾਂ ਨੇ ਅਜਿਹੇ ਵਿਅਕਤੀ ਦੀ ਮਦਦ ਕਰਨ ਬਾਰੇ ਸੋਚਿਆ ਵੀ ਕਿਵੇਂ। ਰੁਪਿੰਦਰ ਸਿੰਘ ਸ਼ਾਮਪੁਰਾ ਨੇ ਹਿੰਮਤ ਸਿੰਘ ਬਾਰੇ ਹੋਰ ਕੀ ਖੁਲਾਸਾ ਕੀਤਾ ਹੈ ਤੁਸੀਂ ਆਪ ਹੀ ਸੁਣ ਲਓ। ਅੱਜ ਕੱਲ੍ਹ ਜੋ ਕਾਫੀ ਮਸਲਾ ਚੱਲ ਰਿਹਾ ਗਿਆਨੀ ਗੁਰਮੁਖ ਸਿੰਘ ਜੀ ਜੋ ਹੈੱਡ ਗ੍ਰੰਥੀ ਨੇ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਦੇ ਛੋਟੇ ਭਾਈ ਹਿੰਮਤ ਸਿੰਘ ਦਾ, ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਉਹ ਜੋ ਬਿਆਨਬਾਜ਼ੀ ਕਰ ਰਿਹਾ ਬਹੁਤ ਬੇਤੁਕੀ ਬਿਆਨਬਾਜ਼ੀ ਕਰ ਰਿਹਾ, ਪਤਾ ਨਹੀਂ ਕਿਹਨਾਂ ਦੇ ਹੱਥਾਂ 'ਤੇ ਚੜਿਆ ਹੋਇਆ, ਅਤੇ ਉਹਦੇ ਵਿੱਚ ਜਿਹੜੀ ਗੱਲ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ, ਮੇਰਾ ਨਾਮ ਰੁਪਿੰਦਰ ਸਿੰਘ ਸ਼ਾਮਪੁਰਾ, ਮੈਂ ਉਹਨੂੰ ਜਿਹੜਾ ਕਾਫੀ ਸਿੰਘ ਸਾਹਿਬ ਦੇ ਨਾਲ ਵੀ ਪਿਆਰ ਸੀ, ਹਰਿਮੰਦਰ ਸਾਹਿਬ ਜਾਣਾ, ਉੱਥੇ ਸ਼ਸਤਰਾਂ ਦੀ ਸੇਵਾ, ਗੁਰੂ ਗ੍ਰੰਥ ਸਾਹਿਬ ਦੇ ਸੇਵਾ ਉਦੋਂ ਕਾਫੀ ਜਾਂਦੇ ਰਹੇ ਅਤੇ ਉਹ ਸਾਰੇ ਪਰਿਵਾਰ ਨਾਲ ਪਿਆਰ ਹੋ ਗਿਆ, ਹਿੰਮਤ ਸਿੰਘ ਨਾਲ ਵੀ ਕਾਫੀ ਪਿਆਰ ਸੀ। ਜਦੋਂ ਫਿਰ ਇਹਨਾਂ ਨੂੰ ਬਦਲਿਆ ਗਿਆ ਸਿੰਘ ਆਪਣਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੋਣਾ ਨੂੰ ਧਮਧਾਨ ਸਾਹਿਬ ਬਦਲ ਦਿੱਤਾ ਸ਼੍ਰੋਮਣੀ ਕਮੇਟੀ ਨੇ, ਅਤੇ ਇਹਨੂੰ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹਿੰਮਤ ਸਿੰਘ ਨੂੰ, ਫਿਰ ਇਹਨੂੰ ਮਜਬੂਰ ਨੌਕਰੀ ਤੋਂ ਹੱਥ ਧੋਣੇ ਪਏ ਅਤੇ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਸੀਗੇ, ਅਤੇ ਰੋਜ਼ ਇਹਨੇ ਕਹਿਣਾ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਿ ਮੇਰੀ ਬਾਂਹ ਫੜੋ, ਕਿਤੇ ਮੈਨੂੰ ਨੌਕਰੀ ਦਵਾਓ, ਮੇਰੇ ਬੱਚਿਆਂ ਦੀਆਂ ਫੀਸਾਂ ਨਹੀਂ ਹੈਗੀਆਂ, ਸਕੂਲ ਨਹੀਂ ਜਾ ਰਹੇ, ਮੇਰੀ ਵਾਈਫ ਜੋ ਆ ਉਹਨੂੰ ਰਸੌਲੀ ਦੀ ਪ੍ਰੋਬਲਮ ਹੈ, ਉਹਦਾ ਆਪਰੇਸ਼ਨ ਕਰਾਉਣਾ। ਸੋ ਅਸੀਂ ਵੀ ਜਿੰਨੇ ਵਿੱਤੀ ਸਹਾਇਤਾ ਆਪਣੇ ਸੱਜਣਾ ਮਿੱਤਰਾਂ ਕੋਲ ਜਿੰਨੇ ਜੋਗੇ ਸਾਂ, ਕਿਉਂਕਿ ਗੁਰੂ ਘਰ ਦੇ ਵਜ਼ੀਰ ਸੀ ਅਤੇ ਸਾਡੇ ਵੀ ਮਨ ਦੇ ਵਿੱਚ ਸੀਗਾ ਕਿ ਇਹੋ ਜਿਹੇ ਹਾਲਾਤ ਨੇ, ਅਤੇ ਕਾਫੀ ਕੀਤੇ ਉਹਨੇ ਚਿਰ, ਫਿਰ ਇਹ ਕਹਿਣ ਲੱਗੇ ਕਿ ਹੋਰ ਕਿਸੇ ਲੀਡਰ ਕੋਲੋਂ ਜਾਂ ਕਿੱਦਾਂ ਮਦਦ ਕਰਵਾਓ, ਅਤੇ ਕਿਉਂਕਿ ਆਪਣਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਭਾਈ ਬਲਬੀਰ ਸਿੰਘ ਹੁਣੀ ਜੋ ਆਪਣਾ ਗ੍ਰੰਥੀ ਸਾਹਿਬ ਨੇ ਹਰਿਮੰਦਰ ਸਾਹਿਬ ਸੀ ਹੁਣ ਰਿਟਾਇਰ ਹੋ ਗਏ ਨੇ, ਉਹਨਾਂ ਦੀ ਵੀ ਬੜੀ ਦਿਲ ਖੋਲ੍ਹ ਕੇ ਮਦਦ ਕੀਤੀ ਜਦੋਂ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਸ਼੍ਰੋਮਣੀ ਕਮੇਟੀ ਨੇ,
ਅਤੇ ਉਦੋਂ ਹੀ ਹਿੰਮਤ ਸਿੰਘ ਕਹਿਣ ਲੱਗਾ ਕਿ ਉਹਨਾਂ ਨੇ ਉਹਨਾਂ ਦੀ ਮਤ ਕੀਤੀ ਸੀ, ਉਹਨਾਂ ਕੋਲ ਚੱਲੀਏ। ਚਲੋ ਉਹਨਾਂ ਕੋਲ ਵੀ ਗਏ, ਚੰਡੀਗੜ੍ਹ ਮੈਂ ਲੈ ਕੇ ਗਿਆ ਵਾਂ। ਉੱਥੇ ਉਦੋਂ MLA ਸੀਗੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਅਤੇ ਪਰ ਉਹ ਕਹਿਣ ਲੱਗੇ ਵੀ ਹਾਲੇ ਤਾਂ ਮੇਰੇ ਕੋਈ, ਮੈਂ ਕਿਹੜਾ ਮਿਨਿਸਟਰ ਬਣਿਆ, MLA ਹਾਂ। ਚਲੋ ਚਾਰਾਜੋਈ ਕਰਕੇ ਦੇਖਾਂਗੇ ਜਿੱਦਾਂ ਵੀ ਹੋ ਸਕਿਆ। ਅਤੇ ਬਾਕੀ ਨੂੰ ਪੁੱਛਿਆ ਤੂੰ ਕਿੰਨੀ ਪੜ੍ਹਿਆ, ਕਹਿੰਦਾ ਮੈਂ 10 ਪੜ੍ਹਿਆ। ਕਹਿੰਦੇ ਵੀ 10 ਵਾਲੇ ਨੂੰ ਤਾਂ ਕੋਈ ਨੌਕਰੀ ਨਹੀਂ ਮਿਲ ਸਕਦੀ, ਚਲੋ ਫਿਰ ਵੀ ਕੋਸ਼ਿਸ਼ ਕਰਾਂਗੇ। ਉੱਨੀ ਦੇਰ ਨੂੰ ਆਪਣਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮਿਨਿਸਟਰ ਬਣ ਗਏ। ਉਸ ਤੋਂ ਬਾਅਦ ਵੀ ਕਾਫੀ ਇਹਦੀ ਹਾਲਾਤ ਜਿਹੜੇ ਘਰ ਦੇ ਮੁਸ਼ਕਲ ਸੀਗੇ, ਕਾਫੀ ਵਾਰੀ ਇਹਨੇ ਫਿਰ ਕਿਹਾ, ਫਿਰ ਇੱਕ ਦਿਨ ਪ੍ਰੋਗਰਾਮ ਬਣਾਇਆ, ਨਾਲ ਮੇਰੇ ਸੱਜਣ ਸੀਗੇ, ਇੱਕ ਪੱਤਰਕਾਰ ਸੀਗੇ, ਨਾਲ ਮੇਰੇ ਦੋਸਤ ਸੰਜੀਵ ਸ਼ਰਮਾ ਜੀ ਸੀਗੇ। ਸਾਨੂੰ ਵੀ ਕੋਈ ਕੰਮ ਸੀ, ਇਹਨਾਂ ਨੇ ਮਿਲਣਾ ਸੀਗਾ, ਅਤੇ ਇਹਨੂੰ ਵੀ ਅਸੀਂ ਆਖਿਆ ਤੂੰ ਬਟਾਲੇ ਆ ਜਾ, ਉੱਥੋਂ ਤੈਨੂੰ ਨਾਲ ਲੈ ਜਾਵਾਂਗੇ। ਉੱਥੇ ਗਏ, ਉੱਥੇ 5-7 ਮਿੰਟ ਗੱਲ ਹੋਈ ਹੈ, ਜ਼ਿਆਦਾ ਚਿਰ ਨਹੀਂ, ਖੜ੍ਹੇ ਖੜ੍ਹੇ ਗੱਲ ਹੋਈ ਹੈ। ਅਤੇ ਰੰਧਾਵਾ ਸਾਹਿਬ ਕਹਿਣ ਲੱਗੇ ਕਿ ਤੁਹਾਨੂੰ ਉਦੋਂ ਵੀ ਦੱਸਿਆ ਵੀ ਇਹ 10 ਪੜ੍ਹਿਆ, ਅਤੇ 10 ਪੜ੍ਹਿਆ ਅਤੇ ਸਵੀਪਰ ਜਾਂ ਪੀਆ ਨਹੀਂ ਲੱਗ ਸਕਦਾ, ਅਤੇ ਮੇਰੀ ਜ਼ਮੀਰ ਨਹੀਂ ਅਲਾਓ ਕਰਦੀ ਵੀ ਗੁਰੂ ਘਰ ਦਾ ਵਜ਼ੀਰ ਹੋਏ ਇਹੋ ਜਿਹੀਆਂ। ਆਪਣਾ ਹਰਿਮੰਦਰ ਸਾਹਿਬ ਜਿੱਥੇ ਸਾਰੇ ਅਸੀਂ ਜਾ ਕੇ ਨਤਮਸਤਕ ਹੁੰਦੇ ਹਾਂ, ਉੱਥੋਂ ਦਾਤਾਂ ਮੰਗਦੇ ਹਾਂ, ਅਤੇ ਉੱਥੋਂ ਦਾ ਜਿਹੜਾ ਹੈਗਾ ਆਪਣਾ ਜਿਹੜਾ ਸਿੰਘ ਇਹ ਸਤਿਕਾਰ ਅਤੇ ਜਿਹੜੀਆਂ ਹਸਤੀਆਂ ਉਹਨੂੰ ਪੀਅਨ ਦੀ ਨੌਕਰੀ ਜਾਂ ਸਵੀਪਰ ਦੀ ਨੌਕਰੀ 'ਤੇ ਵੀ ਕਿੱਦਾਂ ਰੱਖ ਸਕਦੇ, ਬਾਕੀ ਹਾਲੇ ਜੋਬਸ ਵੀ ਹੈ ਨਹੀਂ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ। ਅਤੇ ਉਹ ਉਦੋਂ ਹੀ ਮਿਲੇ, ਉਸ ਤੋਂ ਬਾਅਦ ਤਾਂ ਫਿਰ ਇਹ ਮਿਲਿਆ ਵੀ ਨਹੀਂ, ਅਤੇ ਕੋਈ ਜੋਬ ਦੀ ਵੀ ਨਹੀਂ ਗੱਲ ਬਣੀ, ਅਤੇ ਇੱਦਾਂ ਦਾ ਸਾਰਾ ਇਹ ਮਸਲਾ ਸੀਗਾ। ਮਤਲਬ ਹੁਣ ਪਤਾ ਨਹੀਂ ਕਿਉਂ, ਮਤਲਬ ਅਸੀਂ ਤਾਂ ਜਿੱਦਾਂ ਚਲੋ ਤਰਸ ਕਰਕੇ ਸਾਰੇ ਕਰਕੇ ਪਰਿਵਾਰ ਨੇ ਵੀ, ਸਾਰੇ ਪਰਿਵਾਰਕ ਸੰਬੰਧ ਸੀਗੇ, ਅਸੀਂ ਕਿਹਾ ਚਲੋ ਕਿਤੇ ਨਾ ਕਿਤੇ ਚਲੋ ਮਦਦ ਕਰਦੇ ਹਾਂ, ਬੱਚਿਆਂ ਦਾ ਬੁਰਾ ਹਾਲ ਹੈ, ਇਹਨਾਂ ਦੇ ਪਰਿਵਾਰ ਦਾ ਬੁਰਾ ਹਾਲ ਹੈ, ਅਤੇ ਕਿਤੇ ਨਾ ਕਿਤੇ ਚਲੋ ਜਿੱਥੇ ਹੋਰ ਵੀ 2-4 ਜਣਿਆਂ ਨੂੰ ਆਖਿਆ ਜੋਬ ਵਾਸਤੇ ਵੀ ਕਿਤੇ ਪ੍ਰਾਈਵੇਟ ਜੋਬ ਮਿਲ ਜਾਏ ਜਾਂ ਕਿੱਦਾਂ, ਪਰ ਅੱਜ ਕੱਲ੍ਹ ਜੋਬਸ ਹੈ ਨਹੀਂ ਗੀਆਂ। ਅਤੇ ਪਰ ਇਹ ਸ਼ਖਸ ਨੇ, ਹਿੰਮਤ ਸਿੰਘ ਨੇ, ਜੋ ਇਹ ਆਪਣਾ ਉਦੋਂ ਜਦੋਂ ਅਸੀਂ ਗਏ ਚੰਡੀਗੜ੍ਹ, ਉੱਥੇ ਲਾਗੇ ਬਹਿ ਕੇ ਫੋਟੋ ਖਿੱਚ ਲਈ, ਉਹ ਫੋਟੋ ਦੇ ਆਧਾਰ ਦੇ ਉੱਤੇ ਹੀ ਬਸ ਉਹ ਸਾਰਾ ਰੌਲਾ ਪਾਈ ਜਾਂਦਾ, ਜਿਹਦੇ ਵਿੱਚ ਕੋਈ ਸੱਚਾਈ ਨਹੀਂ, ਇਹ ਸਾਰਾ ਬਿਲਕੁਲ ਝੂਠ ਹੈ, ਅਤੇ ਇਹ ਸਾਰਾ ਮਤਲਬ ਜਿਹੜਾ ਚਿੱਕੜ ਸੁੱਟਦਾ ਪਿਆ। ਮੈਨੂੰ, ਮੈਂ ਤਾਂ ਬਹੁਤ ਸ਼ਰਮਸਾਰ ਹਾਂ ਇਹੋ ਜਿਹੇ ਆਦਮੀ ਤੋਂ ਕਿ ਇਹ ਜੇ ਇਹੋ ਜਿਹੇ ਅਹੁਦਿਆਂ 'ਤੇ ਬਹਿ ਕੇ ਅਤੇ ਇੰਨਾ ਝੂਠ ਬੋਲ ਰਹੇ ਨੇ ਵੀ ਇੱਕ ਜੇ ਕੋਈ ਮਤਲਬ ਤੁਹਾਡੀ ਹੈਲਪ ਕਰ ਰਿਹਾ ਕੋਈ ਕਿੱਦਾਂ, ਅਤੇ ਇਹ ਮੇਰੇ ਮਨ ਨੂੰ ਵੀ ਬਹੁਤ ਸੱਟ ਵੱਜੀ ਕਿ ਇਹੋ ਜਿਹੇ ਗੁਰੂ ਘਰ ਦੇ ਜਿਹੜੇ ਹੈਗੇ ਨੇ ਸੇਵਕ, ਉਹ ਇੱਥੇ ਤੱਕ ਝੂਠ 'ਤੇ ਉਤਰ ਸਕਦੇ ਨੇ। ਇਹਨਾਂ ਦੇ ਕਰਕੇ ਹੀ ਅੱਜ ਜਿਹੜੇ ਸਾਡੇ ਨੌਜਵਾਨ ਬੱਚੇ ਨੇ, ਜੇ ਅਸੀਂ ਉਹਨਾਂ ਨੂੰ ਪ੍ਰੇਰਦੇ ਹਾਂ ਕਿ ਤੁਸੀਂ ਵੀ ਬਾਣੀ 'ਤੇ ਬਾਣੇ ਨਾਲ ਜੁੜੋ ਸਾਰਾ, ਉਹ ਇਹੋ ਜਿਹੇ ਲੋਕਾਂ 'ਤੇ ਉਂਗਲਾਂ ਚੁੱਕਦੇ ਨੇ ਕਿ ਜਿਹੜੇ ਇਹੋ ਜਿਹੀਆਂ ਸਤਿਕਾਰਤ ਅਹੁਦਿਆਂ 'ਤੇ ਬੈਠੇ ਹੋਏ ਨੇ, ਉਹਨਾਂ ਦਾ ਆਹ ਹਾਲ ਹੈ, ਤਾਂ ਸਾਨੂੰ ਤੁਸੀਂ ਕੀ ਕਹਿੰਦੇ ਜੇ? ਇਸ ਕਰਕੇ ਇਹਦੇ ਇਹੋ ਜਿਹੇ ਲੋਕਾਂ ਕਰਕੇ ਅੱਜ ਸਿੱਖ ਪੰਥ ਦੇ ਵਿੱਚ ਇਹ ਜਿਹੜੇ ਬੱਚੇ ਨੇ ਅਤੇ ਨੌਜਵਾਨ ਨੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਕਸਰ ਹਰ ਕਿਸੇ ਦਾ ਨਾਰਕੋ ਟੈਸਟ ਕਰਨ ਦੀਆਂ ਗੱਲਾਂ ਕਰਨ ਵਾਲੇ ਹਿੰਮਤ ਸਿੰਘ ਹੁਣ ਰੁਪਿੰਦਰ ਸਿੰਘ ਸ਼ਾਮਪੁਰ ਵੱਲੋਂ ਦੱਸੀ ਗਈ ਸੱਚਾਈ 'ਤੇ ਵੀ ਨਾਰਕੋ ਟੈਸਟ ਨੂੰ ਹੀ ਤਰਜੀਹ ਦੇਣਗੇ ਕਿ ਜਾਂ ਫਿਰ ਰੁਪਿੰਦਰ ਸਿੰਘ ਸ਼ਾਮਪੁਰ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਣਗੇ? ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ, ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।